ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ ਵੱਲੋਂ ਜ਼ਿਲ੍ਹਾ ਮੋਗਾ ਵਿਖੇ ਪ੍ਰਬੰਧਕੀ ਕੰਪਲੈਕਸ ਵਿਖੇ 21 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਾਈ ਗਈ ਦਿਹਾਤੀ ਵਿਕਾਸ ਏਜੰਸੀ ਦੀ ਇਮਾਰਤ ਅਤੇ ਰੈੱਡ ਕਰਾਸ ਵੱਲੋਂ ਚਲਾਏ ਜਾ ਰਹੇ ਮੰਦਬੁੱਧੀ ਬੱਚਿਆਂ ਦੇ ਸਕੂਲੀ ਕਮਰਿਆਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮੋਗਾ ਦੇ ADC ਅਭਿਨਵ ਅਤੇ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਗੁਰਬਖਸ਼ ਸਿੰਘ ਦੇ ਨਾਲ ਨਾਲ ਨਗਰ ਕੌਂਸਲ ਪ੍ਰਧਾਨ ਬਰਜਿੰਦਰ ਸਿੰਘ ਬਰਾੜ ਵੀ ਉਪਸਥਿਤ ਸਨ। ਕੇਂਦਰ ਸਰਕਾਰ ਵੱਲੋਂ ਔਰਤਾਂ ਦੇ ਲਈ ਚਲਾਈ ਜਾ ਰਹੀ ਸਵੈ ਰੋਜ਼ਗਾਰ ਯੋਜਨਾ ਸੈਲਫ ਹੈਲਪ ਗਰੁੱਪ ਦੇ ਤਹਿਤ ਅੱਜ ਮੋਗਾ ਦੇ ਪ੍ਰਬੰਧਕੀ ਕੰਪਲੈਕਸ ਵਿੱਚ ਹਲਕਾ ਫਰੀਦਕੋਟ ਦੀ ਸਾਂਸਦ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ 21 ਲੱਖ ਰੁਪਏ ਦੀ ਲਾਗਤ ਤੇ ਤਿਆਰ ਕੀਤੀ ਗਈ DRDE ਦੀ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਗ੍ਰਾਮੀਣ ਔਰਤਾਂ ਵੱਲੋਂ ਤਿਆਰ ਕੀਤੇ ਗਏ ਹੈਂਡੀਕ੍ਰਾਫਟ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੂੰ ਬੀਬੀ ਗੁਲਸ਼ਨ ਨੇ ਦੇਖ ਕੇ ਔਰਤਾਂ ਵੱਲੋਂ ਬਣਾਏ ਗਏ ਹੈਂਡੀਕ੍ਰਾਫਟ ਸਮਾਨ ਦੀ ਪ੍ਰਸ਼ੰਸਾ ਕੀਤੀ। ਉਹ ਜਿਹੜਾ ਤੁਸੀਂ ਦੇਖ ਰਹੇ ਆ ਕਿ DRDE ਸਕੀਮ ਦੇ ਤਹਿਤ ਇਸ ਮੈਂਟਰਿੰਗ ਕੰਪਲੀਟ ਹੋਈ ਹੈ, ਇਹਦਾ ਉਦਘਾਟਨ ਕੀਤਾ ਗਿਆ। 21 ਲੱਖ ਰੁਪਏ ਜਿਹੜਾ ਹੈ ਉਹ ਸੈਂਟਰਲ ਗੌਰਮੈਂਟ ਵੱਲੋਂ ਇਸ ਬਿਲਡਿੰਗ ਨੂੰ ਬਣਾਉਣ ਵਾਸਤੇ ਦਿੱਤਾ ਗਿਆ, ਤਾਂ ਕਿ ਜਿਹੜੇ ਸੈਲਫ ਹੈਲਪ ਗਰੁੱਪ ਹੈ ਪਿੰਡਾਂ ਦੇ ਵਿੱਚ ਚੱਲ ਰਹੇ ਹੈ, ਉਹਨਾਂ ਦਾ ਇੱਕ ਵਧੀਆ ਬਿਲਡਿੰਗ ਹੋਵੇ, ਉਹ ਮੀਟਿੰਗ ਕਰਨੀ ਹੈ, ਇਹਨਾਂ ਦਾ ਆਫਿਸ ਹੈ ਪੂਰਾ, ਕਿਉਂਕਿ ਜਿਹੜੇ ਸੈਲਫ ਹੈਲਪ ਗਰੁੱਪ ਹੈ ਇਹ ਇੱਕ ਬਹੁਤ ਵੱਡੀ ਆਪਣੇ ਆਪ 'ਚ ਇੱਕ ਸੰਸਥਾ ਹੈ। ਪਿੰਡਾਂ ਦੇ ਵਿੱਚ ਜਿਹੜੇ ਬੱਚੇ ਹੈ, ਬੱਚੇ ਬੱਚੀਆਂ ਬੜਾ ਲਾਰਜ ਸਕੇਲ ਤੇ ਨਿਟਿੰਗ ਦਾ ਅਚਾਰ ਮੁਰੱਬੇ ਹੋਰ ਕਈ ਕਿਸਮ ਦੇ ਵੱਖ ਵੱਖ ਕੰਮ ਕਰ ਰਹੇ ਹੈ, ਜਿਨ੍ਹਾਂ ਦੀ ਟ੍ਰੇਨਿੰਗ ਹੈ ਜਿਹੜੀ ਉਹ ਸੈਂਟਰਲ ਗੌਰਮੈਂਟ ਵੱਲ ਦੇ ਤਹਿਤ ਹੀ ਦਿੱਤੀ ਜਾ ਰਹੀ ਹੈ। ਔਰ ਬਹੁਤ ਹੀ ਮੌਕੇ ਦੇ ਵਿੱਚ ਮੈਂ ਦੇਖਿਆ ਕਿ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜਿਹੜੇ ਸੈਲਫ ਹੈਲਪ ਗਰੁੱਪ ਹੈ ਉਹ ਚੱਲ ਰਹੇ ਹੈ। ਮੈਂ ਅੱਜ ਦੇਖਿਆ ਬਹੁਤ ਲੜਕੀਆਂ ਨੇ ਬੜੀ ਸੋਹਣੀ ਨੀਟਿੰਗ ਦਾ ਕੰਮ ਕੀਤਾ, ਪੱਖੀਆਂ ਬਣਾਈਆਂ, ਦਰੀਆਂ ਬਣਾਈਆਂ, ਜੋ ਪੰਜਾਬ ਦੀ ਸਭਿਅਤਾ ਹੈ, ਜੋ ਪੰਜਾਬ ਦਾ ਕਲਚਰ ਹੈ, ਉਹਦੇ ਅਕੋਰਡਿੰਗਲੀ ਇਹਨਾਂ ਬੱਚੀਆਂ ਨੇ ਬਹੁਤ ਸੋਹਣਾ ਕੰਮ ਕੀਤਾ ਹੋਇਆ। ਬਾਕੀ ਜਿਹੜੇ ਬੱਚੀਆਂ ਲੜਕੇ ਲੜਕੀਆਂ ਜਿਹੜਾ ਇਹ ਸੈਲਫ ਹੈਲਪ ਗਰੁੱਪ ਦਾ ਸਮਾਨ ਤਿਆਰ ਕਰਦੀਆਂ, ਉਹਨਾਂ ਨੂੰ ਪੂਰੇ ਢੰਗ ਦੇ ਨਾਲ ਉਹਨਾਂ ਦੀ ਮਾਰਕੀਟਿੰਗ ਹੋਵੇ, ਔਰ ਬਹੁਤ ਛੇਤੀ ਜਿਹੜਾ ਹੈ ਇੱਥੇ ਅਸੀਂ ਕਿ ਇਹਨਾਂ ਦੀ ਐਗਜੀਬਿਸ਼ਨ ਲਾਵਾਂਗੇ, ਤਾਂ ਕਿ ਜੋ ਸਰਦੀਆਂ ਦਾ ਇਹਨਾਂ ਨੇ ਸਮਾਨ ਤਿਆਰ ਕੀਤਾ ਹੋਇਆ ਉਹ ਕਮ ਸੇ ਕਮ ਸੀਜ਼ਨ ਦੇ ਵਿੱਚ। ਇਹਦਾ ਫਾਇਦਾ ਤਾਂ ਬਹੁਤ ਹੁੰਦਾ, ਕਿਉਂਕਿ ਫਰੀਦਕੋਟ ਵੀ ਇੱਕ ਅਜਿਹਾ ਹੀ ਸਕੂਲ ਹੈ ਮਾਤੂ ਦੀ, ਜਿੱਥੇ ਮੈਂ MP ਫੰਡ ਦੇ ਵਿੱਚੋਂ 10 ਲੱਖ ਰੁਪਈਆ ਦਿੱਤਾ। ਅੱਜ ਇੱਥੇ ਵੀ ਮੈਂ, ਕਿਉਂਕਿ ਇਹਨਾਂ ਦੇ ਵਿੱਚ ਹਜੇ ਦਰਵਾਜ਼ੇ ਵਗੈਰਾ ਲੱਗਣ ਵਾਲੇ ਹੈ, ਕੁਛ ਕਮੀਆਂ ਹੈ ਕਮਰਿਆਂ ਦੇ ਵਿੱਚ ਜਿਹੜੀਆਂ ਇਹਨਾਂ ਨੇ ਤਕਰੀਬਨ ਰੈੱਡ ਕਰਾਸ ਦੇ ਵਿੱਚੋਂ ਤਕਰੀਬਨ 20 ਲੱਖ ਰੁਪਈਆ ਲਾ ਕੇ ਇਹਨਾਂ ਨੇ ਸਾਰੇ ਕਮਰੇ ਹੋਰ ਸਾਰਾ ਫਰਨੀਚਰ ਵਗੈਰਾ ਜੋ ਵੀ ਇੱਥੇ ਦੀ ਲੋੜ ਸੀ, ਲੋੜ ਦੇ ਮੁਤਾਬਿਕ ਰੈੱਡ ਕਰਾਸ ਵਿੱਚੋਂ ਇਹਨਾਂ ਨੇ ਪੈਸਾ ਖਰਚ ਕੀਤਾ, ਜਿਹੜੇ ਕਮਰਿਆਂ ਦਾ ਅੱਜ ਉਦਘਾਟਨ ਕੀਤਾ। 5 ਲੱਖ ਰੁਪਈਆ MP ਫੰਡ ਦੇ ਵਿੱਚੋਂ ਅੱਜ ਮੈਂ ਮਨਜ਼ੂਰ ਕਰਕੇ ਗਈ ਹਾਂ। ਅਤੇ ਫਾਇਦਾ ਇਹਦਾ ਬਹੁਤ ਹੋ ਰਿਹਾ ਹੈ, ਕਿਉਂਕਿ 39 ਬੱਚੇ ਆ ਇੱਥੇ ਜਿਹੜੇ ਕਿ ਟ੍ਰੇਨਿੰਗ ਲੈ ਰਹੇ ਆ, ਔਰ ਜਿਹੜੇ ਬੱਚੇ ਬੋਲਣ ਨਹੀਂ ਸੀ ਜਾਣਦੇ ਉਹ ਮੈਂ ਦੇਖਿਆ, ਫਰੀਦਕੋਟ ਵੀ ਮੈਂ ਦੇਖਿਆ, ਉੱਥੇ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਔਰ ਉਹ ਬੱਚੇ ਜਿਹੜੇ ਬਿਲਕੁਲ ਤੁਰ ਨਹੀਂ ਸੀ ਸਕਦੇ, ਅੱਜ ਉਹ ਮੈਂ ਦੇਖਿਆ ਕਿ ਉਹ ਭੰਗੜਾ ਪਾਉਂਦੇ ਦੇਖੇ ਆ ਫਰੀਦਕੋਟ। ਅਤੇ ਇੱਥੇ ਵੀ ਮੈਂ ਇਸ ਤੋਂ ਬਾਅਦ ਕਿਸੇ ਦਿਨ ਚੱਕਰ ਮਾਰ ਕੇ ਇਹਨਾਂ ਸਾਰੇ ਬੱਚਿਆਂ ਨੂੰ ਇਕੱਲੇ ਇਕੱਲੇ ਨੂੰ ਮਿਲ ਕੇ ਇਹਨਾਂ ਦੀ ਮੈਂਟਲ ਲੈਵਲ ਕਿੰਨਾ ਕੁ ਪੈਦਾ ਹੋਇਆ ਇੱਥੇ ਰਹਿ ਕੇ ਉਹਨਾਂ ਨੂੰ, ਅੱਜ ਮੈਂ ਦੇਖਿਆ ਕਿ ਬੱਚੇ ਬੜੇ ਐਕਟਿਵ ਹੋਏ ਵੇ ਆ, ਜਿਹੜੇ ਬੱਚੇ ਬੋਲ ਨਹੀਂ ਸੀ ਸਕਦੇ ਅੱਜ ਉਹ ਬੋਲ ਰਹੇ ਸੀ, ਨਮਸਤੇ ਕਰ ਰਹੇ ਸੀ, ਔਰ ਬਹੁਤ ਫਾਇਦੇਮੰਦ ਵਾਲੀ ਗੱਲ ਹੈ। ਮੈਂ ਧੰਨਵਾਦ ਕਰਦੀ ਹਾਂ ਸਾਡੇ DC ਸਾਹਿਬਾਨ ਦਾ, ADC ਸਾਹਿਬਾਨ ਦਾ। ਗੁਰਜੀਤ ਕੌਰ ਜੀ, ਹਾਂ ਗੁਰਜੀਤ ਕੌਰ ਜੀ, ਕੀ ਹੋ ਤੁਸੀਂ ਹੈਲਪ ਕਰ ਸਕਦੇ? ਹਾਂਜੀ, ਨੀਟਿੰਗ ਦਾ ਕੰਮ ਕਰ ਰਹੇ। ਅੱਜ ਜਿਹੜਾ ਕੀਤਾ ਗਿਆ ਕੀ ਕੀਤਾ ਗਿਆ ਮੈਡਮ? ਹਾਂਜੀ, ਅੱਜ ਜੀ ਨਮਾਇਸ਼ ਲਗਾਈ ਸੀਗੀ ਲੇਡੀਜ਼ ਦਾ, ਜੋ ਸਮਾਨ ਤਿਆਰ ਕੀਤਾ ਗਿਆ ਸੀ, ਹੱਥੀਂ ਹੈਂਡ ਵਰਕ ਦਾ, ਕੁਛ ਮਸ਼ੀਨੀ ਕਢਾਈ ਦਾ ਸੀ। ਕੀ ਕੁਛ ਤਿਆਰ ਕੀਤਾ ਹੋਇਆ ਸੀਗਾ? ਚਾਦਰ ਸੀ ਸਰ, ਤੇ
ਸਰਾਣੇ ਪੱਖੀਆਂ ਸੀਗੀਆਂ, ਦਰੀਆਂ, ਖੇਸ। ਕੀ ਤੁਹਾਨੂੰ ਇਹਨਾਂ ਬੈਨੀਫਿਟ ਹੈਗਾ ਵੈਸੇ? ਜੀ ਸਾਨੂੰ, ਅਸੀਂ ਆਪ ਤਿਆਰ ਕਰਕੇ ਹਜੇ ਤਾਂ ਆਪ ਹੀ ਪਿੰਡਾਂ 'ਚ ਹੀ ਵੇਚਦੇ ਹਾਂ ਸਰ, ਜੇ ਬਾਹਰ ਮਾਰਕੀਟ ਮਿਲੇ ਤਾਂ ਜ਼ਿਆਦਾ ਫਾਇਦਾ। ਸਰਕਾਰ ਵੱਲੋਂ ਹੈਗਾ ਤੁਹਾਨੂੰ ਕੋਈ ਮਦਦ? ਸਰਕਾਰ ਵੱਲੋਂ ਤਾਂ ਸਰ ਵੀ ਸਾਨੂੰ ਲੋਨ ਹੀ ਮਿਲਦੇ ਆ ਜੋ ਸਬਸਿਡੀ 'ਤੇ, ਬਾਕੀ ਹੋਰ ਤਾਂ ਕੋਈ ਮਦਦ ਨਹੀਂ ਹੈਗੀ। ਮੋਗਾ ਤੋਂ ਸੂਰਜ ਜਾਂਦੀ ਰਿਪੋਰਟ।